ਵੈਲਕਮ ਜੀ, ਮੈਂ ਆਪਣਾ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ, ਪੰਜਾਬ ਪੇਜ ਜੀ ਹੈ ਮੇਰਾ ਪਾਕਿਸਤਾਨ, ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਮੈਂ ਤੁਹਾਨੂੰ ਦਿਖਾ ਰਿਹਾ ਵਾਂ ਗੌਰਮੈਂਟ ਹਾਈ ਸਕੂਲ 45 ਤਰਨ ਤਾਰਨ, ਔਰ ਇੰਦਰਜੀਤ ਜੀ ਇਹ ਤੁਹਾਡਾ ਸਕੂਲ ਹੈ, ਇਹ ਦੇਖ ਲਵੋ, ਇਹ ਉਹ ਬਿਲਡਿੰਗ ਹੈ। ਕੁਛ ਥੋੜ੍ਹੀ ਬਹੁਤ ਚੇਂਜਿੰਗ ਕੀਤੀ ਹੈ ਇਹਦੇ 'ਚ, ਲੇਕਿਨ ਇਹ ਤਕਰੀਬਨ ਆਪਣੀ ਓਰਿਜਨਲ ਹਾਲਤ ਦੇ ਵਿੱਚ ਮੌਜੂਦ ਹੈ। ਗੌਰਮੈਂਟ ਹਾਈ ਸਕੂਲ 45 GB ਸਮੁੰਦਰੀ। ਤੁਹਾਡੇ ਦੌਰ ਦੀਆਂ ਕਲਾਸਾਂ ਜਿਹੜੀਆਂ ਸੀ ਉਹ ਇਸ ਜਗ੍ਹਾ 'ਤੇ ਸਨ। ਇਹ ਦੇਖੋ, ਹਾਂਜੀ, ਇਹ ਜਗ੍ਹਾ ਜਿਹੜੀ ਹੈ ਇਹ ਟੁੱਟ ਗਈ ਹੈ, ਗਿਰ ਗਈ ਹੈ। ਉਸ ਤੋਂ ਇਲਾਵਾ ਫਿਰ ਇਹ ਨਿਊ ਬਲੋਕ ਹੈ ਬਣਿਆ, ਆਹ ਪੁਰਾਣਾ ਹੈ, ਇਹ ਪੁਰਾਣਾ ਬਲੋਕ ਹੈ। ਔਰ ਇਹ ਜਿਹੜਾ ਬਲੋਕਸ ਜਿਹੜੇ ਨਵੇਂ ਨੇ, ਇਹ ਮੇਨ ਇੰਟਰਸ ਸੀ ਸਕੂਲ ਦੀ, ਟਾਈਮ ਖਤਮ ਹੋਣ ਪਾਰੋਂ ਸ਼ਾਮ ਹੋਈ ਹੈ ਅਤੇ ਇਸ ਵਾਸਤੇ ਬੰਦ ਹੈ। ਅਤੇ ਮੈਂ ਤੁਹਾਨੂੰ ਪੂਰਾ ਸਹੀ, ਇਹ ਜੀ ਸਾਹਮਣੇ ਜਿਹੜਾ ਦਫ਼ਤਰ ਸੀ ਤੁਹਾਡੇ ਹੈੱਡ ਮਾਸਟਰ ਸਾਹਿਬ ਦਾ ਸੀ, ਕੁੰਵਰਜੀਤ ਕੌਰ ਭੈਂਸ ਜੀ, ਤੁਹਾਡੀ ਵਾਲਾ ਸਾਹਿਬ ਦਾ ਸਕੂਲ ਹੈ। ਇਹ ਦੇਖ ਲਓ, ਇੱਥੇ ਹੈੱਡ ਮਾਸਟਰ ਸਾਹਿਬ ਇਸ ਕਮਰੇ 'ਚ ਬਹਿੰਦੇ ਸੀ। ਇਹ ਸਕੂਲ ਦਾ ਬਰਾਮਦਾ, ਚੱਕ 45 ਸਮੁੰਦਰੀ ਟੂ ਗੋਜਰਾ ਰੋਡ, ਪਿੰਡ ਤਰਨ ਤਾਰਨ, 45 ਚੱਕ GB ਗਾਫ ਬੇ, ਗੌਰਮੈਂਟ ਹਾਈ ਸਕੂਲ 45 GB ਸਮੁੰਦਰੀ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੇਖਦੇ ਰਹੋ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ। ਇੱਕ ਸਿੱਖ ਟਨਿਊਰ ਦੇ ਵਿੱਚ ਬਣਿਆ ਹੋਇਆ ਸਕੂਲ ਹੈ, ਸਰਦਾਰ ਇੰਦਰਜੀਤ ਦਾ ਸਕੂਲ ਹੈ।